ਗਾਈਸ, ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼। ਅਸੀਂ ਇਸ ਟਾਈਮ ਖੜੇ ਹਾਂ ਸ਼ਰਾਫਾ ਬਾਜ਼ਾਰ ਦੇ ਵਿੱਚ ਅਤੇ ਕੇਂਦਰ ਸਰਕਾਰ ਨੇ ਬਜਟ ਦੇ ਵਿੱਚ ਐਤਕੀ ਦੀ ਕਿ ਵੀ 6% ਐਕਸਾਈਜ਼ ਕਸਟਮ ਡਿਊਟੀ ਘਟਾਈ ਹੈ। ਇਹਦੀ ਕਿੰਨੀ ਕੁ ਰਾਹਤ ਸ਼ਰਾਫਾ ਬਾਜ਼ਾਰ ਦੇ ਵਿੱਚ ਹੋਈ ਹੈ ਅਤੇ ਕਿੰਨੀ ਕੁ ਸ਼ਰਾਫਾ ਬਾਜ਼ਾਰ ਦੇ ਸੁਨਿਆਰੇ ਇਸ ਨੂੰ ਰਾਹਤ ਮਹਿਸੂਸ ਕਰਨਗੇ ਅਤੇ ਉਹਨਾਂ ਭਰਾਵਾਂ ਨਾਲ ਗੱਲ ਕਰਦੇ ਹਾਂ ਅਤੇ ਜਿਹਦੇ ਵਿੱਚ ਅਸੀਂ ਇਸ ਟਾਈਮ ਖੜੇ ਹਾਂ ਗੁਲਸ਼ਨ ਵਰਮਾ ਜੀ ਦੀ ਦੁਕਾਨ 'ਤੇ। ਇਹਨਾਂ ਨਾਲ ਗੱਲ ਕਰਦੇ ਹਾਂ ਕਿ ਉਹ ਕਿੰਨੀ ਕੁ ਰਾਹਤ ਮਹਿਸੂਸ ਕਰਦੇ ਨੇ ਅਤੇ ਕਿੰਨਾ ਕੁ ਗਾਹਕ ਨਾਲ ਇਸ ਦਾ ਫਰਕ ਪਵੇਗਾ। ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਰਮਾ ਦੀ ਰਿਪੋਰਟ। ਹਾਂਜੀ ਅਮਨ ਜੀ, ਜਿਵੇਂ ਹੁਣ ਅੱਜ ਕੇਂਦਰ ਦੇ ਬਜਟ ਨੇ, ਕੇਂਦਰ ਸਰਕਾਰ ਨੇ ਬਜਟ ਦੇ ਵਿੱਚ ਅੱਜ 6% ਐਕਸਾਈਜ਼ ਡਿਊਟੀ ਘਟਾਈ ਹੈ ਅਤੇ ਜਿਵੇਂ ਪਹਿਲਾਂ ਸੋਨੇ ਦੇ ਭਾਅ ਦੇ ਵਿੱਚ ਬਹੁਤ ਹੀ ਤੇਜ਼ੀ ਸੀਗੀ, ਕਿਸ ਤਰ੍ਹਾਂ ਦੇਖਦੇ ਹੋ ਹੁਣ ਇਹਨੂੰ ਆਮ ਵਰਗ ਕਿ ਵੀ ਇਸ ਨੂੰ ਕੁਛ ਰਾਹਤ ਦੀ ਮਹਿਸੂਸ ਕਰਨਗੇ ਜਾਂ ਵਿਆਹ ਸ਼ਾਦੀਆਂ ਦੇ ਵਿੱਚ ਜਿਵੇਂ ਕਿਸੇ ਨੇ ਖਰੀਦਣਾ ਹੁੰਦਾ ਤਾਂ ਉਸਨੂੰ ਕਿੰਨੀ ਕੁ ਰਾਹਤ ਮਹਿਸੂਸ ਹੋਏਗੀ? ਜਿਵੇਂ ਅੱਜ ਬਜਟ ਦੇ ਵਿੱਚ ਕੇਂਦਰ ਸਰਕਾਰ ਨੇ 15% ਤੋਂ ਘਟਾ ਕੇ 6% ਕਰ ਦਿੱਤੀ, ਉਸ ਦੇ ਨਾਲ ਦੇਖਣ ਦੇ ਵਿੱਚ ਅੱਜ ਆਇਆ ਕਿ 4000 ਰੁਪਏ ਸੋਨੇ ਦਾ ਰੇਟ ਐਕਚੁਅਲ ਮਾਰਕੀਟ ਨਾਲੋਂ ਪਹਿਲਾਂ ਨਾਲੋਂ ਘੱਟ ਗਿਆ, ਜਿਹਦੇ ਨਾਲ ਉਮੀਦ ਹੈ ਵੀ ਗਾਹਕਾਂ ਦੇ ਵਿੱਚ ਇੱਕ ਖੁਸ਼ੀ ਦੇਖਣ ਨੂੰ ਮਿਲੂਗੀ। ਜਿਵੇਂ ਹੁਣ ਅੱਗੇ ਮੈਰਿਜਸ ਵਗੈਰਾ ਸ਼ੁਰੂ ਹੋ ਰਹੀਆਂ ਨੇ, ਉਹਦੇ ਵਿੱਚ ਲੋਕ ਵੱਧ ਚੜ੍ਹ ਕੇ ਉਮੀਦ ਹੈ ਵੀ ਖਰੀਦਦਾਰੀ ਕਰਨਗੇ। ਵਰਮਾ ਜੀ, ਪਹਿਲਾਂ ਦੇ ਹਿਸਾਬ ਨਾਲ ਕੀ ਰੇਟ ਚੱਲਦਾ ਪਿਆ ਸੀਗਾ ਮਾਰਕੀਟ ਦਾ ਸੋਨੇ 'ਚ? ਸੋਨੇ ਦੀ ਮਾਰਕੀਟ ਜਿਵੇਂ ਆਪਾਂ ਦੇਖ ਸਕਦੇ ਹਾਂ ਜੀ, ਕੱਲ੍ਹ 22 ਜੁਲਾਈ ਨੂੰ ਸੋਨੇ ਦੀ ਮਾਰਕੀਟ 73000 ਰੁਪਏ ਚੱਲ ਰਹੀ ਸੀ, ਜਿਹੜੀ ਅੱਜ ਟੁੱਟ ਕੇ 4000 ਰੁਪਏ ਡਾਊਨ ਆ ਕੇ 69000 ਰੁਪਏ ਰੇਟ ਰਹਿ ਗਿਆ ਮਾਰਕੀਟ ਦਾ। ਯਾਨੀ ਤੁਹਾਡੇ ਕਾਰੋਬਾਰੀ ਸੋਨੇ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 4000 ਰੁਪਏ ਟੁੱਟੇ ਆ? ਹਾਂਜੀ, 4000 ਕੁਝ ਨਾ ਕੁਝ ਰਾਹਤ ਦੀ ਮਹਿਸੂਸ ਕਰਨਗੇ ਖਰੀਦਦਾਰ ਜਿਨ੍ਹਾਂ ਨੇ ਆਪਣੇ ਵਿਆਹ ਸ਼ਾਦੀਆਂ ਦੇ ਜਾਂ ਵਿੱਚ ਕਿਸੇ ਨੂੰ ਲੈਣ ਦੇਣ ਦੇ ਵਿੱਚ ਕਰਨਾ ਤਾਂ ਉਸਨੂੰ ਰਾਹਤ ਬਹੁਤ ਇਸ 'ਚ। ਆਮ ਬੰਦਾ ਹੈ ਜੀ, ਉਸਨੂੰ 73000 75000 ਰੁਪਏ ਸੋਨਾ ਲੈਣਾ ਬਹੁਤ ਔਖਾ ਲੱਗ ਰਿਹਾ ਸੀ, ਉਹਨਾਂ ਨੂੰ ਇੱਕ ਰਾਹਤ ਮਿਲੂਗੀ ਇਸ ਦੇ ਨਾਲ। ਕੇਂਦਰ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿੱਤਾ ਇਹ, ਅਤੇ ਅਸੀਂ ਸਮਰਥਨ ਕਰਦੇ ਹਾਂ ਉਹਨਾਂ ਦਾ। ਧੰਨਵਾਦ ਜੀ। ਸੋਭੀ ਜੀ, ਅੱਜ ਕੇਂਦਰ ਸਰਕਾਰ ਨੇ ਬਜਟ ਪੇਸ਼ ਕੀਤਾ ਗਿਆ ਜਿਹਦੇ ਵਿੱਚ 6% ਐਕਸਾਈਜ਼ ਡਿਊਟੀ ਕਸਟਮ ਡਿਊਟੀ ਘਟਾਈ ਗਈ ਹੈ। ਕਿਵੇਂ ਦੇਖਦੇ ਹੋ, ਜਿਵੇਂ ਪਹਿਲਾਂ ਸੋਨੇ ਚਾਂਦੀ ਦੇ ਰੇਟਾਂ ਦੇ ਵਿੱਚ ਬਹੁਤ ਤੇਜ਼ੀ ਸੀ, ਆਮ ਵਰਗ ਤੋਂ ਖਰੀਦਿਆ ਵੀ ਨਹੀਂ ਜਾ ਸਕਦਾ ਸੀ ਕਿ ਵੀ ਆਮ ਵਰਗ ਤੋਂ, ਯਾਨੀ ਕਿ ਵੀ ਬਹੁਤ ਔਖਾ ਸੀਗਾ ਵਿਆਹ ਸ਼ਾਦੀਆਂ ਦੇ ਵਿੱਚ, ਜਿਨ੍ਹਾਂ ਨੇ 5-4 ਤੋਲੇ ਦੇਣਾ ਤਾਂ ਅਗਲਾ 2 ਤੋਲੇ ਜਾਂ ਤੋਲੇ ਨਾਲ ਹੀ ਤੇ ਡਾਂਗੀ ਟਪਾਉਂਦਾ ਸੀ। ਜਿਵੇਂ ਹੁਣ ਅੱਜ ਇਹ 6% ਕਸਟਮ ਡਿਊਟੀ ਘਟੀ ਹੈ, ਕਿਵੇਂ ਦੇਖਦੇ ਹੋ ਅਤੇ ਕਿੰਨੀ ਕੁ ਗਾਹਕ ਨੂੰ ਰਾਹਤ ਦੀ ਮਹਿਸੂਸ ਹੋਏਗੀ ਇਹ? ਸਰ, ਬਹੁਤ ਹੀ ਇੱਕ ਸ਼ਲਾਘਾਯੋਗ ਕਦਮ ਹੈ ਕੇਂਦਰ ਸਰਕਾਰ ਦਾ, ਆਮ ਬੰਦੇ ਨੂੰ ਇੱਕ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਨੇ, ਕਿਉਂਕਿ ਗੋਲਡ ਦਾ ਰੇਟ ਆਪਾਂ ਜਿਵੇਂ ਦੇਖ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਧਦਾ ਹੀ ਜਾ ਰਿਹਾ ਅਤੇ ਆਮ ਬੰਦੇ ਦੇ ਵੱਸ ਤੋਂ ਬਾਹਰ ਹੀ ਹੁੰਦਾ ਜਾ ਰਿਹਾ ਜੀ। ਠੀਕ ਹੈ, ਆਪਣੇ ਦੇਸ਼ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਜੋ ਕਸਟਮਸ ਬਣੇ ਹੋਏ ਨੇ ਹਰੇਕ ਨੂੰ ਨਿਭਾਉਣੇ ਪੈਂਦੇ ਨੇ, ਬਟ ਇਹ ਹੈ ਕਿ ਚਲੋ ਕੁਛ ਲੋਕਾਂ ਦੀ ਪਹੁੰਚ ਤੋਂ ਬਹੁਤ ਜ਼ਿਆਦਾ ਬਾਹਰ ਹੋ ਗਿਆ ਸੋਨਾ, ਔਰ ਕਿਸੇ ਨੂੰ ਮਜਬੂਰੀ 'ਚ ਹਰੇਕ ਨੂੰ ਲੈਣਾ ਪੈਂਦਾ, ਤਾਂ ਇੱਕ ਸ਼ਲਾਘਾਯੋਗ ਕਦਮ ਹੈ। ਨੋ ਡਾਊਟ ਇਹਦੇ ਨਾਲ ਇੱਕ ਰਾਹਤ ਦੀ ਸਾਹ ਤਾਂ ਆਏਗੀ, ਚਾਹੇ 2000-3000 ਰੁਪਏ ਹੀ ਰੇਟ ਘਟੇਗਾ, ਪਰ ਕੁਛ ਤਾਂ ਰਾਹਤ ਮਿਲੇਗੀ, ਰਾਹਤ ਆਈ ਆਮ ਬੰਦੇ ਨੂੰ ਜੀ। ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕੇਂਦਰ ਸਰਕਾਰ ਦਾ। ਅਤੇ ਪਿਛਲੇ ਰੇਟ ਨੂੰ ਦੇਖਿਆ ਜਾਵੇ ਔਰ ਅੱਜ ਦੇ ਰੇਟ ਨੂੰ ਦੇਖਿਆ ਜਾਵੇ ਤਾਂ ਕਿੰਨਾ ਕੁ ਇਹਦਾ ਫਰਕ ਹੈ ਜੀ? ਸਰ, ਲਗਭਗ 3500-4000 ਰੁਪਏ ਦਾ ਫਰਕ ਇਸ ਦੇ ਨਾਲ ਆਉਣਾ ਚਾਹੀਦਾ, ਕਿ ਵੀ ਜਿਹੜਾ ਬਜਟ ਪੇਸ਼ ਕੀਤਾ 6% ਕਸਟਮ ਡਿਊਟੀ ਜਿਹੜੀ ਘਟਾਈ ਆ ਉਹਦੇ ਨਾਲ 3000-4000 ਦਾ ਫਰਕ ਪਏਗਾ, 4000 ਰੁਪਏ ਦਾ ਫਰਕ ਪੈਣਾ ਚਾਹੀਦਾ। ਅਤੇ ਅੱਗੇ ਕੀ ਆਸ ਰੱਖਦੇ ਹੋ ਕਿ ਵੀ ਹੋਰ ਘਟਣ ਦੀ ਕੋਈ ਸੰਭਾਵਨਾ ਹੈ ਇਸ ਦੀ? ਦੇਖੋ ਸਰ, ਇਸ ਨਿਊਜ਼ ਦੇ ਨਾਲ ਹੀ ਜੋ ਘਟਨਾ ਹੈ ਉਹੀ ਘਟੇਗਾ, ਹੋਰ ਤਾਂ ਕੋਈ ਜ਼ਿਆਦਾ ਘਟਣ ਵਾਲੀ ਸੰਭਾਵਨਾ ਲੱਗਦੀ ਨਹੀਂ ਹੈਗੀ। ਬਾਕੀ ਜੇ ਇੰਨਾ ਵੀ ਘਟਦਾ ਹੈ ਤਾਂ ਇਹਦੇ ਨਾਲ ਵੀ ਬਹੁਤ ਰਾਹਤ ਮਿਲੇਗੀ ਆਮ ਬੰਦੇ ਨੂੰ ਵੀ ਅਤੇ ਵਪਾਰ ਨੂੰ ਵੀ। ਸ਼ੋਭੇ ਜੀ, ਤੁਹਾਡਾ ਧੰਨਵਾਦ ਸਮਾਣਾ ਹਲਚਲ ਨਿਊਜ਼ ਨਾਲ ਗੱਲ ਕਰਨ ਲਈ। ਧੰਨਵਾਦ ਜੀ। ਵਰਮਾ ਜੀ, ਕੇਂਦਰ ਸਰਕਾਰ ਨੇ ਅੱਜ ਬਜਟ ਕੱਢਿਆ ਹੈ, ਬਜਟ ਦੇ ਵਿੱਚ ਕਿ ਵੀ 6% ਐਕਸਾਈਜ਼ ਡਿਊਟੀ ਘਟਾਈ ਹੈ, ਕਿਵੇਂ ਇਸ ਨੂੰ ਦੇਖਦੇ ਹੋ, ਕਿੰਨੀ ਕੁ ਰਾਹਤ ਮਹਿਸੂਸ ਹੋਏਗੀ ਇਹਨੂੰ ਗਾਹਕ ਨੂੰ?
ਇਹਦੇ ਨਾਲ ਬਹੁਤ ਗਾਹਕ ਨੂੰ ਰਾਹਤ ਮਹਿਸੂਸ ਹੋਈ ਹੈ ਬਦਬਾ ਜੀ। ਅੱਜ ਇਹਦੇ ਨਾਲ ਇੱਕ ਅੱਜ ਘੋਸ਼ਣਾ ਕਰਨ ਸਾਰ ਹੀ 4000 ਰੁਪਇਆ ਗੋਲਡ ਦਾ ਰੇਟ MCX ਤੇ ਅੱਜ ਘਟਿਆ ਜੀ। ਇਹਦੇ ਨਾਲ ਜਿਵੇਂ ਗੋਲਡ ਦੀ ਕੀਮਤਾਂ ਕਾਫੀ ਸਮੇਂ ਤੋਂ ਵੱਧ ਰਹੀਆਂ ਸੀਗੀਆਂ ਜੀ, ਇਸ ਨਾਲ ਗਰੀਬ ਤਬਕੇ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਸੀ। ਹੁਣ ਇਸ ਨਾਲ ਥੋੜੀ ਜਿਹੀ ਗਰੀਬ ਤਬਕਾ ਨੂੰ ਰਾਹਤ ਮਿਲੂਗੀ, ਕਿਉਂਕਿ ਗੋਲਡ ਦੀ ਕੀਮਤਾਂ ਪਹਿਲੀ ਆਸਮਾਨ ਛੂ ਰਹੀਆਂ ਨੇ। ਥੋੜਾ ਜਿਹਾ ਹੁਣ ਇਹ ਫਰਕ ਪਊਗਾ ਕਸਟਮਰ ਨੂੰ। ਤੇ ਇੱਕ ਜਿਵੇਂ ਆਪਾਂ ਬਾਹਰੋਂ ਗੋਲਡ ਲੈ ਕੇ ਆਉਂਦੇ ਸੀਗੇ, ਜਿਵੇਂ ਸਮਗਲਿੰਗ ਹੋ ਕੇ ਆਉਂਦਾ ਜਾਂ ਕਿਵੇਂ ਆਉਂਦਾ ਸੀਗਾ, ਉਹਨਾਂ ਆਪਣੇ ਦੇਸ਼ ਦੀ ਅਰਥ ਵਿਵਸਥਾ ਖਰਾਬ ਹੋ ਰਹੀ ਸੀਗੀ, ਕਿਉਂਕਿ ਡਾਲਰ ਮਜ਼ਬੂਤ ਹੈ, ਰੁਪਇਆ ਕਮਜ਼ੋਰ ਹੋ ਰਿਹਾ ਸੀਗਾ। ਹੁਣ ਜਿਵੇਂ ਆਪਾਂ ਬਾਹਰੋਂ ਲਿਆਉਂਦੇ ਹਾਂ, ਸੇਮ ਰੇਟ ਆਪਾਂ ਨੂੰ ਉਰੇ ਆਪਣਾ ਹਿੰਦੁਸਤਾਨ ਦੇ ਹਿਸਾਬ ਨਾਲ ਭਿੜਿਆ ਕਰੇਗਾ। ਜੇ ਆਪਾਂ ਬਾਹਰੋਂ ਜੇ ਦੁਬਈ ਤੋਂ ਲਿਆਏ, ਬੈਂਕੋਕ ਤੋਂ ਕਈ 2 ਨੰਬਰ 'ਚ ਲਿਆਉਂਦੇ ਸੀਗੇ, ਉਹਦੇ ਨਾਲ ਆਪਾਂ ਨੂੰ ਜੋ ਟੈਕ ਰੁਪਈਆ ਆਪਣਾ ਕਮਜ਼ੋਰ ਹੁੰਦਾ ਸੀ, ਹੁਣ ਆਪਣਾ ਰੁਪਈਆ ਮਜ਼ਬੂਤ ਹੋਏਗਾ, ਕਿਉਂਕਿ ਆਪਣਾ ਰੁਪਈਆ ਕਨਵਰਟ ਹੁੰਦਾ ਡੋਲਰਾਂ 'ਚ, ਡੋਲਰ ਵੱਧ ਰਿਹਾ ਜੀ। ਹੁਣ ਇਹਦੇ ਨਾਲ ਰਾਹਤ ਮਿਲੂਗੀ, ਸਮਗਲੀ ਦਾ ਸੋਨੇ ਦੇ ਵਿੱਚ ਵੀ ਥੋੜ੍ਹਾ ਫਰਕ ਪਊਗਾ, ਅਤੇ ਇਸ ਨਾਲ ਆਪਣੇ ਦੇਸ਼ ਦੀ ਅਰਥ ਵਿਵਸਥਾ ਬਹੁਤ ਮਜ਼ਬੂਤ ਹੋਏਗੀ। ਸੰਭਾਵਨਾ ਹੈ ਇਸ ਤੋਂ ਹੋਰ ਘਟਣ ਦੀ ਕੋਈ? ਹਾਂਜੀ, ਜੇ ਸਰਕਾਰ ਥੋੜ੍ਹਾ ਜਿਹਾ ਚਾਹੇ ਤਾਂ ਹੋਰ ਘਟਾ ਦੇ ਤਾਂ ਕੁਛ ਰਾਹਤ ਮਿਲੇ ਆਪਣਾ, ਕਿਉਂਕਿ ਸੋਨੇ ਦੇ ਵਿੱਚ ਹਰ ਇੱਕ ਤਬਕਾ ਤੁਸੀਂ ਦੇਖ ਰਹੇ ਹੋ, ਆਮ ਵਰਗ ਨਹੀਂ ਖਰੀਦ ਸਕਦਾ, ਹਰ ਕੋਈ ਨਹੀਂ ਖਰੀਦ ਸਕਦਾ। ਹਾਂਜੀ ਹਾਂ, ਜਿਹਦੇ ਵਿੱਚ ਬਦਬਾ ਜੀ ਗੱਲ ਹੋ ਰਿਹਾ, ਹਰ ਇੱਕ ਬੰਦਾ ਸੋਨੇ 'ਚ ਇਨਵੈਸਟਮੈਂਟ ਕਰ ਰਿਹਾ, ਕਿਸੇ ਨੂੰ ਲੋੜ ਹੈ ਨਹੀਂ ਹੈ, ਹਰ ਇੱਕ ਬੰਦੇ ਨੂੰ ਐਂ ਹੁੰਦਾ ਵੀ ਮੈਂ ਆਪਣਾ ਸੋਨੇ ਇਨਵੈਸਟ ਕਰ ਲਾਂ, ਉਹਦੇ ਨਾਲ ਸੋਨਾ ਦਿਨ ਉੱਪਰ ਦਿਨ ਵੱਧ ਰਿਹਾ। ਜੇ ਥੋੜ੍ਹਾ ਜਿਹਾ ਥੋੜ੍ਹਾ ਰੁਕੂਗਾ ਸੋਨਾ, ਜਿਵੇਂ ਕਿਸੇ ਨੂੰ ਲੋੜ ਹੈ ਉਦੋਂ ਹੀ ਸੇਲ ਹੋਈ ਜਾਵੇ ਤਾਂ ਇਹ ਵਧੀਆ ਗੱਲ ਹੈ। ਜੇ ਆਪਾਂ ਇਨਵੈਸਟਮੈਂਟ ਦੇ ਤੌਰ 'ਤੇ ਲਈ ਜਾਂਦੇ ਹਾਂ, ਉਹਦੇ ਨਾਲ ਸੋਨਾ ਵੱਧਦਾ ਰਿਹਾ। ਜੇ ਆਪਾਂ ਇਹਨੂੰ ਜ਼ਰੂਰਤ ਦੇ ਹਿਸਾਬ ਨਾਲ ਹੀ ਸੋਨੇ ਲਈਏ, ਵੀ ਆਪਣਾ ਵਿਆਹ ਸ਼ਾਦੀ ਹੈ ਜਾਂ ਕੋਈ ਆਪਣੇ ਸ਼ੌਂਕ ਹੈ ਪਾ ਲਈਏ, ਜੇ ਆਪਾਂ ਵੈਸੇ ਸੋਨਾ ਰੱਖੀ ਰੱਖਦੇ ਉਹਦੇ ਨਾਲ ਥੋੜ੍ਹਾ ਜਿਹਾ ਖਰਾਬ ਹੋ ਰਿਹਾ ਕੰਮ ਜੀ। ਵੀ ਜਿਵੇਂ ਪਿਓਰ ਲੈ ਕੇ ਰੱਖੀ ਜਾਂਦੇ ਹਾਂ, ਉਹਦੇ ਅਰਥ ਵਿਵਸਥਾ ਖਰਾਬ ਹੋ ਰਹੀ ਹੈ, ਵੀ ਆਪਾਂ ਨੂੰ ਲੋੜ ਹੈ ਜਿੰਨੀ ਉਹ ਨਾ ਲਓ। ਯਾਨੀ ਤੁਹਾਡੇ ਕਾਰੋਬਾਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਜਿਹੜਾ ਇਹ 6% ਐਕਸਾਈਜ਼ ਕਸਟਮ ਡਿਊਟੀ ਘਟਾਈ ਹੈ, ਤੇ ਉਸ ਨਾਲ ਰਾਹਤ ਦੀ ਕੁਛ ਨਾ ਕੁਛ ਬਦਬਾ ਜੀ ਬਹੁਤ ਰਾਹਤ ਹੈ ਜੀ। ਸਰਕਾਰ ਦੇ ਸਾਰੇ ਸਵਰਨਕਾਰ ਸੰਘ ਸਮਾਣਾ ਵੱਲੋਂ ਸਰਕਾਰ ਦਾ ਵੈਲਕਮ ਕਰਦੇ ਹਾਂ, ਵੀ ਜਿਹਨਾਂ ਨੇ ਬਹੁਤ ਵੱਡੀ ਰਾਹਤ ਸਵਰਨਕਾਰ ਸੰਘ ਨੂੰ, ਸਵਰਨਕਾਰ ਜਵੈਲਰੀ ਨੂੰ ਇੱਕ ਦਮ ਤੋੜਦੇ ਹੋਏ ਬਿਜ਼ਨਸ ਨੂੰ ਦੁਬਾਰਾ ਜਾਨ ਫੂਕੀ ਹੈ। ਫੁਲਾਰਾ ਵਧੀਆ ਮੋਦੀ ਸਰਕਾਰ ਦਾ, ਅਸੀਂ ਸਹਿਮਤ ਨਾਲ ਵਿੱਤ ਮੰਤਰੀ ਦਾ ਸਾਰਨੀ ਹੈ ਜੇ ਜੀ।